ਤੁਸੀਂ ਅੱਜ ਪੇਰੋਲ ਤੇ ਇੱਕ ਵਾਰੀ ਫਿਰ ਬਾਹਰ ਆ ਗਏ ਆ ਕੀ ਪ੍ਰਤੀਕਿਰਿਆ ਹੈ ਕੀ ਸੋਚ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜੇ ਭਰੇ ਮਨ ਨਾਲ ਇਹ ਗੱਲ ਕਹਿਣਾ ਕਿ ਇਹ ਝੂਠਾ ਸਾਧ ਪੰਜਵੀਂ ਵਾਰੀ ਇਸ ਸਾਲ ਦੇ ਵਿੱਚ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਪੈਰੋਲ 'ਤੇ ਰਿਹਾ ਹੋ ਰਿਹਾ ਫਰਵਰੀ 22 ਦੇ ਵਿੱਚ ਫੜ ਲਓ 21 ਦਿਨ ਆਇਆ ਜੂਨ ਦੇ ਵਿੱਚ 22 'ਚ 30 ਦਿਨ ਦੀ ਫਿਰ ਪੈਰੋਲ ਅਕਤੂਬਰ 22 'ਚ ਫਿਰ 40 ਦਿਨ ਦੀ ਪੈਰੋਲ ਜਨਵਰੀ 'ਚ ਫਿਰ 23 'ਚ 40 ਦਿਨ ਦੀ ਪੈਰੋਲ ਅਤੇ 40 ਦਿਨ ਦੀ ਪੈਰੋਲ 'ਚ ਹੁਣ ਆਇਆ ਜੇ ਸਾਰੇ ਸਾਲ ਦਾ ਮੁਲਾਂਕਣ ਕਰ ਲਿਆ ਜਾਵੇ ਇੱਕ ਸਾਲ ਦੇ ਵਿੱਚ ਤਾਂ ਮੇਰਾ ਖਿਆਲ 150-60 ਦਿਨ 365 ਦਿਨਾਂ 'ਚ ਬਣ ਜਾਂਦੇ ਅਤੇ ਮੈਂ ਇਹ ਵੀ ਸੋਚਦਾ ਵੀ ਇਹ ਕਿਹੜਾ ਕਾਨੂੰਨ ਆ ਜਿਹੜਾ 3 ਮਹੀਨਿਆਂ ਬਾਅਦ ਨਹੀਂ 2 ਮਹੀਨਿਆਂ ਬਾਅਦ ਜਿਹੜੀ ਆ ਉਹ ਪੈਰੋਲ 'ਤੇ ਇਹਨੂੰ ਰਿਹਾ ਕਰ ਦਿੰਦੇ ਸਭ ਤੋਂ ਦੁਖਦਾਇਕ ਇਹ ਆ ਵੀ ਸਾਲ ਦੇ ਵਿੱਚ 5ਵੀਂ ਵਾਰੀ ਪੈਰੋਲ 'ਤੇ ਆ ਜਾਣਾ ਆ ਕੇ ਫਿਰ ਪਿਛਲੀ ਟਰਮ ਦੇ ਵਿੱਚ ਡਿਸਟਰਬੈਂਸ ਵੀ ਕੀਤੀ ਨਵਾਂ ਡੇਰਾ ਬਣਾਉਣਾ ਇੱਥੇ ਨਵਾਂ ਸਥਾਨ ਬਣਾਇਆ ਜਾਊਗਾ ਇੱਦਾਂ ਦੀਆਂ ਆ ਕੇ ਗੱਲਾਂ ਵੀ ਕਰਨੀਆਂ ਅਤੇ ਮੈਂ ਸਮਝਦਾ ਫਿਰ ਇਹ ਕਾਨੂੰਨ ਜਿਹੜਾ ਇਹਦੇ ਲਈ ਵੱਖਰਾ ਆ ਅਤੇ ਸਿੱਖਾਂ ਲਈ ਇਹ ਵੱਖਰਾ ਕਾਨੂੰਨ ਆ ਮੈਂ ਪਿਛਲੇ ਸਮੇਂ ਦੌਰਾਨ 1-2 ਸਿੰਘ ਜਿਹੜੇ ਬਿਆਨ ਸਿੰਘ ਕਾਂਡ ਦੇ ਵਿੱਚ ਅੰਦਰ ਆ ਉਹਨਾਂ ਦੀਆਂ ਪੈਰੋਲਸ ਦੀਆਂ DC ਪਟਿਆਲੇ ਕੋਲ ਆਈਆਂ ਐਪਲੀਕੇਸ਼ਨਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਬਤੌਰ ਵਕੀਲ ਵੀ ਉੱਥੇ ਪੇਸ਼ ਹੋਏ ਅਤੇ ਉਹਨਾਂ ਨੂੰ ਅੱਜ ਦੂਜੀ ਵਾਰੀ ਕੀ ਪਹਿਲੀ ਵਾਰੀ ਵੀ ਪੈਰੋਲ ਦੇਣ ਨੂੰ ਜਿਹੜੀ ਸਰਕਾਰ ਤਿਆਰ ਨਹੀਂ ਗੀ ਅਤੇ ਹਰਿਆਣਾ ਸਰਕਾਰ ਵਾਰ ਵਾਰ ਇਹਨੂੰ ਝੂਠੇ ਸਾਧ ਨੂੰ ਰਿਹਾ ਕਰਕੇ ਇਹ ਸ਼ਾਇਦ ਸਿੱਖ ਹਿਰਦਿਆਂ ਨੂੰ ਭੜਕਾ ਰਹੇ ਆ ਜਿਹੜੇ ਕਿ ਬਹੁਤ ਹਾਨੀਕਾਰਕ ਹੋਣਗੇ ਕਿਉਂਕਿ ਜੇ ਆਪਾਂ ਇਸ ਸਾਲ ਦੀ ਨਿਗਾਹ ਮਾਰਦੇ ਹਾਂ ਸਾਰੇ ਦੀ ਅਤੇ ਗਾਹਾਂ ਦੀ ਨਿਗਾਹ ਮਾਰਦੇ ਹਾਂ ਅਤੇ ਫਿਰ ਸਾਡੇ ਪੱਲੇ ਨਿਰਾਸ਼ਾ ਹੀ ਪੈਂਦੀ ਆ ਉਹ ਨਿਰਾਸ਼ਾ ਇਸ ਕਰਕੇ ਪੱਲੇ ਪੈਂਦੀ ਆ ਵੀ ਸਿੱਖ ਸਮੁੱਚੇ ਤੌਰ ਦੇ ਉੱਤੇ ਆਪਣੇ ਜਿਹੜੇ ਇਹਨਾਂ ਦੇ ਸਿੱਖ ਕੈਦੀ 33 ਸਾਲ ਗੁਰਦੀਪ ਸਿੰਘ ਖੇੜੇ ਦੀ ਕੈਦ ਹੋ ਗਈ ਆ ਅਤੇ ਉਹ ਜਿਹੜੀ ਲਾਈਫ ਟਰਮ ਹੈ ਉਹ ਤੋਂ 2 ਗੁਣਾ ਵੱਧ ਹੋ ਗਈ ਉਹਨੂੰ ਰਿਹਾ ਕਰਨ ਨੂੰ ਅੱਜ ਉਹ ਵੀ ਤਿਆਰ ਨਹੀਂ ਜੇ ਬਾਕੀ ਗੁਰਦੇ 27-27 ਸਾਲ 28-28 ਸਾਲ ਹੋ ਗਏ ਸਜ਼ਾ ਪੂਰੀ ਹੋ ਚੁੱਕੀ ਆ ਅਤੇ ਉਹਨਾਂ ਲਈ ਕਾਨੂੰਨ ਵੀ ਵੱਖਰਾ ਆ ਸੋ ਮੈਂ ਸਮਝਦਾ ਹਾਂ ਇਹ ਵਾਰ ਵਾਰ ਇਹਨੂੰ ਰਿਹਾ ਕਰਨ ਦੇ ਨਾਲ ਜਿਹੜਾ ਸਾਡਾ ਸਿੱਖ ਭਾਈਚਾਰਾ ਖਾਸ ਕਰਕੇ ਪੰਜਾਬ ਦੇ ਲੋਕ ਉਹ ਇਸ ਗੱਲ ਤੋਂ ਮਜੂਸ ਆ ਕਿ ਵਾਰ ਵਾਰ ਇਹਨੂੰ ਪੈਰੋਲ ਦੇ ਉੱਤੇ ਰਿਹਾ ਕਰਨਾ ਅਤੇ ਸਿੱਖ ਜਜ਼ਬਾਤਾਂ ਨਾਲ ਇੱਕ ਵੱਡਾ ਖਲਵਾੜ ਆ ਅਤੇ ਖਾਸ ਕਰਕੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਹੋਰ ਕਿਹੜੀ ਘਨਾਉਣੇ ਜਿਹੜੀਆਂ ਹੁੰਦੇ ਜੁਰਮ ਮਰਡਰ ਜਿਹੜਾ ਆ ਉਹ ਵੀ ਘਨਾਉਣਾ ਨਾ ਕਹਿ ਲਈਏ ਸੀਰੀਅਸ ਅਫੈਂਸ ਅਤੇ ਸਭ ਤੋਂ ਘਨਾਉਣਾ ਰੇਪ ਦਾ ਕੇਸ ਅਤੇ ਉਹਨਾਂ ਦੇ ਵਿੱਚ ਜਿਹੜੇ ਕੈਦ ਹੋਏ ਉਹਨਾਂ ਦਾ ਆਚਰਣ ਚੰਗਾ ਆ ਅਤੇ ਜਿਹੜੇ ਵਿਚਾਰੇ ਧਰਮ ਦੀ ਖਾਤਰ ਉਸ ਲਈ ਜਜ਼ਬਾਤਾਂ ਦੇ ਬਹਿਣ ਦੇ ਵਿੱਚ ਕੋਈ ਜਾਤ ਲਈ ਨਹੀਂ ਗਏ ਜੇ ਉਹਨਾਂ ਜਮਾਤੀ ਤੌਰ 'ਤੇ ਮਹਿਸੂਸ ਕੀਤਾ ਅਤੇ ਉਹ ਅੱਜ ਸਜ਼ਾ ਵੀ ਪੂਰੀ ਕਰ ਚੁੱਕੇ ਆ ਕਾਨੂੰਨ ਮੁਤਾਬਕ ਜਿਹੜੀ ਬਣਦੀ ਸੀ ਅਤੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਇਹ ਹਰਿਆਣਾ ਸਰਕਾਰ ਜਿਹੜੀ ਆ ਇਹ ਵਾਰ ਵਾਰ ਇਹੋ ਜਿਹੇ ਜਿਹੜੇ ਜੁਰਮਕਰਤਾ ਨੂੰ ਪੈਰੋਲ 'ਤੇ ਅਦਾ ਕਰਨਾ ਇਹਦੇ ਪਿੱਛੇ ਕੀ ਭਾਵਨਾ ਆ ਇਹ ਮੈਨੂੰ ਕੋਈ ਸ਼ੱਕੀ ਜਾਪਦੀ ਆ ਬਾਬੂ ਜੀ ਇਹ ਗੱਲ ਕਰੀਏ ਸ਼੍ਰੋਮਣੀ ਕਮੇਟੀ ਬਣਾਤੀ ਫਿਰ ਉਸ ਤੋਂ ਬਾਅਦ ਲਗਾਤਾਰ ਤੁਹਾਡਾ SGPC ਇੱਕ ਯਤਨ ਕਰ ਰਿਹਾ ਹੈ ਵੀ ਜਿੰਨੇ ਵੀ ਬੰਦੀ ਸਿੱਖ ਹੈਗੇ ਆ ਜਿਹੜੇ ਕਿ ਲੰਬੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਨੂੰ ਲੈ ਕੇ ਹੁਣ ਅਜਿਹੇ ਵਿਅਕਤੀ ਨੂੰ ਬਾਹਰ ਲਿਆਉਣਾ ਔਰ ਉਹਨਾਂ ਜਿਹੜੇ ਮੁੱਦਿਆਂ 'ਤੇ ਅੱਜ ਸੰਘਰਸ਼ ਕੀਤੇ ਜਾ ਰਹੇ ਉਹਨਾਂ ਬਾਰੇ ਸੁਣਿਆ ਨਹੀਂ ਜਾ ਰਿਹਾ ਕੀ ਕੇਂਦਰ ਸਰਕਾਰ ਦੀ ਕੀ ਨੀਤੀ ਮੰਨਦੇ ਦੇਖੋ ਮੈਂ ਹਰਿਆਣਾ ਸਰਕਾਰ ਦੀ ਖਾਸ ਕਰਕੇ ਜ਼ਿਕਰ ਕਰਨਾ ਚਾਹੁੰਦਾ ਵੀ ਹਰਿਆਣਾ ਸਰਕਾਰ ਦੇ ਵਿੱਚ ਅੱਜ ਪੂਰੇ ਸਿੱਖ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹਰਿਆਣਾ ਸਰਕਾਰ ਹੀ ਆ ਜਿਹਨੂੰ ਇਹ ਝੂਠੇ ਸਾਧ ਨੂੰ 5ਵੀਂ ਵਾਰੀ ਸਾਲ ਦੇ ਵਿੱਚ ਪੈਰੋਲ 'ਤੇ ਰਿਹਾ ਕਰ ਰਹੇ ਅਤੇ ਹਰਿਆਣਾ ਕਮੇਟੀ ਦੇ ਵਿੱਚ ਅਸੀਂ ਪਹਿਲਾਂ ਹੀ ਪਾੜ ਪਾੜ ਕੇ ਕਹਿੰਦੇ ਸੀ
कि हरियाणे की जिहड़ी सरकार आ सीधी दखलदाजी करदी है। हुण अज मैं नहीं कहिंदा, अज समुचा हरियाणे का सिख कला कला जे पुछ लो जाके तो वह सारे ये गल कहिंदे आ कि ये सारी की सारी जिहड़ी कमेटी आ ਇਹ ਕਾ ਉਸ ਵੇ ਇਹਦੇ ਆਪਣੇ ਖੱਟੜ ਜੀ ਨੇ ਸਾਰੀ ਉਹ ਜਿਹੜੀ ਆ ਨੋਮੀਨੇਟ ਕੀਤੀ ਆ, ਉਹਨਾਂ ਦੀ ਮਰਜ਼ੀ ਦੇ ਹੀ ਇਹ ਪ੍ਰਧਾਨ ਬਣੇ ਆ। ਸੋ ਮੈਂ ਸਮਝਦਾ ਇਹ ਰਾਜਨੀਤਿਕਰਨ ਕੀਤਾ ਜਾ ਰਿਹਾ ਕਿਉਂਕਿ ਚੋਣਾਂ ਪੈਂਡਿੰਗ ਆ ਅਤੇ ਉਹ ਚੋਣਾਂ ਦੇ ਵਿੱਚ ਲਾਭ ਲੈਣ ਲਈ, ਸਿਆਸੀ ਲਾਹਾ ਲੈਣ ਲਈ ਇਹ ਜਿਹੜੇ ਸਿੱਖਾਂ ਦੇ ਇਹੋ ਜਿਹੇ ਸੈਂਸਿਟਿਵ ਮਸਲੇ ਆ ਉਹਨਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਜਾ ਰਹੀ ਆ। ਦੇਖੋ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਆ ਅਤੇ ਸਾਡੇ ਪਹਿਲਾਂ ਕੋਰ ਕਮੇਟੀ ਵੀ ਬਣੀ ਸੀ, ਉਹਦੇ ਵਿੱਚ ਮੈਂ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੀ। ਅਤੇ ਹੁਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਸਿੱਖਾਂ ਦੀ ਅਗਵਾਈ ਕਰਦੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਬਣੀ ਆ ਅਤੇ ਇਹਦਾ ਫਰਜ਼ ਵੀ ਬਣਦਾ ਵੀ ਜਿਹੜੇ ਸਿੱਖਾਂ ਦੇ ਕਿਸੇ ਵੀ ਢੰਗ ਦੇ ਮੁੱਦੇ ਆ, ਚਾਹੇ ਇੱਥੇ ਆ, ਚਾਹੇ ਦੇਸ਼ 'ਚ ਆ, ਚਾਹੇ ਵਿਦੇਸ਼ 'ਚ ਆ, ਉਹਨਾਂ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਵੇ। ਸੋ ਕਮੇਟੀ ਜਿਹੜੀ ਆ ਬਣਾਈ ਆ ਉਹਦੇ ਕਾਰਜ ਜਿਹੜੇ ਆ ਉਹ ਕੇਵਲ ਤਾਂ ਕੇਵਲ ਸਿਰਫ ਸਿੱਖੀ ਸਰਵਕਾਰਾਂ ਦੇ ਨਾਲ ਜਿਹੜੇ ਆ ਉਹ ਸੰਬੰਧਿਤ ਹੋਣਗੇ।